ਉਦਾਸੀਨ ਆਸ਼ਰਮ ਡੇਰਾ ਬਾਬਾ ਕਮਲ ਦੇਵ ਜੀ ਸੰਗਰੀਆ ਮੰਡੀ ਰਾਜਸਥਾਨ ਦਾ ਪਵਿੱਤਰ ਅਸਥਾਨ ਜਿੱਥੇ ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ ਦਾ ਮੰਦਰ ਬਣਿਆ ਹੋਇਆ ਹੈ ਅਤੇ ਨਾਲ ਹੀ ਧੂਣਾ ਸਾਹਿਬ ਵੀ ਸਥਾਪਿਤ ਕੀਤਾ ਹੋਇਆ ਹੈ। ਸਵਾਮੀ ਕਮਲ ਦੇਵ ਜੀ ਜਿੱਥੇ ਅਨੇਕਾਂ ਸਮਾਜ ਸੇਵੀ ਕਾਰਜਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ, ਉੱਥੇ ਦੇਸੀ ਦਵਾਈਆਂ ਨਾਲ ਵੀ ਲੋਕਾਂ ਦਾ ਭਲਾ ਕਰਦੇ ਹਨ। ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਇਸ ਅਸਥਾਨ ਦੇ। ਜੋ ਵੀ ਤੇਰੇ ਦਰ ਤੇ ਆਏ ਸਪਨਾ ਆ ਪੱਲੇ ਵਿਛਾਏ, ਜੋ ਵੀ ਤੇਰੇ ਦਰ ਤੇ ਆਏ ਸਪਨਾ ਆ ਪੱਲੇ ਵਿਛਾਏ, ਨਿਮਾੜਾ ਜੋ ਬਣ ਕੇ ਆਇਆ ਖਾਲੀ ਨਾ ਇੱਥੋਂ ਜਾਏ, ਸੁਪਨਾ ਦੀ ਆਸ ਪੁਗਾ ਦੋ ਜੀ ਡੁੱਬਦੀ ਜੋ ਬਣ ਕੇ ਆਇਆ ਖਾਲੀ ਨਾ ਇੱਥੋਂ ਜਾਏ, ਸਪਨਾ ਦੀ ਆਸ ਪੁਗਾ ਦੋ ਜੀ ਡੁੱਬਦੀ ਬੇੜੀ ਨੂੰ ਮਾਰ ਲਾ ਦੋ ਜੀ। ਗੁਰੂ ਦੇਵ ਭਗਵਾਨ ਕੀ ਜੈ। ਦਾਸ ਸੰਤ ਕਮਲ ਦੇਵ ਡੇਰਾ ਬਾਬਾ ਕਮਲ ਦੇਵ ਵਾਰਡ ਨੰਬਰ 2 ਸੰਗਰੀਆ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਕੇ ਰਹਿਣੇ ਵਾਲੇ ਹੈ। ਹਮਾਰਾ ਆਸ਼ਰਮ ਪੂਰੇ ਸਮਾਜ ਕੀ ਆਯੁਰਵੈਦਿਕ ਔਸ਼ਧੀਓ ਦੁਆਰਾ ਸੇਵਾ ਕਰਤਾ ਹੈ। ਦੋ ਦਿਨ ਸ਼ੁੱਕਰਵਾਰ ਔਰ ਸ਼ਨੀਵਾਰ ਕੋ ਬਠਿੰਡਾ ਬਾਬਾ ਫਰੀਦ ਨਗਰ ਗਲੀ ਨੰਬਰ 2 ਮੇਂ ਵਹਾਂ ਬੈਠਤੇ ਹੈ, ਵਹਾਂ ਵੀ ਇਹੀ ਸੇਵਾ ਸ਼ੁਰੂ ਹੈ। ਆਜ ਹਮ ਇਸ ਸ਼ੁਭ ਅਵਸਰ ਪਰ ਉਦਾਸੀਨ ਆਚਾਰੀ ਹੈ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਉਨਕੇ 527ਵੇਂ ਅਵਤਾਰ ਦਿਵਸ ਕੀ ਪੂਰੇ ਦੇਸ਼ ਵਾਸੀਓਂ ਕੋ ਲੱਖ ਲੱਖ ਵਧਾਈ ਦੇਤੇ ਹੈਂ। ਭਗਵਾਨ ਕੀ ਕਿਰਪਾ ਪੂਰੇ ਭਾਰਤ ਪਰ ਪੂਰੇ ਦੇਸ਼ ਪਰ ਬਣੀ ਰਹੇ। ਔਰ ਹਮ ਯਹੀ ਸੰਦੇਸ਼ ਦੇਂਗੇ ਕਿ ਪੂਰੇ ਦੇਸ਼ ਮੇਂ ਅਮਨ ਸ਼ਾਂਤੀ ਬਣੀ ਰਹੇ, ਭਗਵਾਨ ਕੀ ਸਦੈਵ ਕਿਰਪਾ ਬਣੀ ਰਹੇ। ਤੋ ਦੂਸਰੀ ਹਮਾਰੀ ਪੂਰੇ ਸਾਧੂ ਸਮਾਜ ਕੇ ਸ਼੍ਰੀ ਚਰਨੋਂ ਮੇਂ ਯੇ ਪ੍ਰਾਰਥਨਾ ਹੈ ਕਿ ਹਮਾਰੇ ਬਹੁਤ ਹੀ ਉੱਦਮੀ ਔਰ ਹਿੰਮਤ ਵਾਲੇ ਗੌਰਵ ਜੀ ਜਿਨ੍ਹੋਂਨੇ ਸੰਤ ਕੀ ਸੰਗਤ ਟੀਵੀ ਚੈਨਲ ਸ਼ੁਰੂ ਕੀਆ ਹੈ, ਹਮੇਂ ਬਹੁਤ ਹਰਸ਼ ਹੈ ਕਿ ਸਾਧੂ ਸਮਾਜ ਕੇ ਲੀਏ ਪ੍ਰਚਾਰ ਕੇ ਲੀਏ ਔਰ ਜੋ ਕਾਰਿਆਕ੍ਰਮ ਜੋ ਮਹਾਤਮਾ ਕਰਤੇ ਹੈ ਹਮ ਕਰਤੇ ਹੈ ਇਸ ਕਾ ਸੰਦੇਸ਼ ਆਸ਼ਰਮੋਂ ਮੇਂ ਨਾ ਰਹਿ ਕਰਕੇ ਪੂਰੇ ਦੇਸ਼ ਵਾਸੀਓਂ ਕੋ ਜਾਏ ਔਰ ਉਸ ਕਾ ਜੋ ਅੱਛਾ ਮੈਸੇਜ ਹੈ ਪੂਰੇ ਦੇਸ਼ ਵਾਸੀਓਂ ਕੋ ਜਾਏ। ਜਬਕਿ ਹਮੇਂ ਹਮਾਰੀ ਪੁਰਾਤਨ ਸੰਸਕ੍ਰਿਤੀ ਕਾ ਜਾਗਰਣ ਔਰ ਜਾਗ੍ਰਤੀ ਦੇਖਣੇ ਕੋ ਮਿਲੇ। ਅਬ ਹਮ ਕੁਛ ਪੱਛਮੀ ਸੱਭਿਅਤਾ ਕੇ ਔਰ ਜਾ ਰਹੇ ਹੈ, ਤੋ ਹਮ ਗੌਰਵ ਜੀ ਕਾ ਬਹੁਤ ਬਹੁਤ ਧੰਨਵਾਦ ਕਰਤੇ ਹੈ ਕਿ ਜੋ ਆਪਣੇ ਯੇ ਸੰਗਤ ਕੀ ਸੰਗਤ ਟੀਵੀ ਚੈਨਲ ਮਾਧਿਅਮ ਦੁਆਰਾ
आप लोगों को जो ये संदेश दे रहे हो आपका बहुत बहुत धन्यवाद। और महात्माओं के चरणों में मेरी प्रार्थना है कि हम ज़्यादा से ज़्यादा इस संत की संगत टीवी का ज़्यादा से ज़्यादा अपने सहयोग करें और सहयोग करके हम पूरे भारतवासियों को अपनी जो संस्कृति है पुनः जागरण करने का अवसर प्रदान करें।